ਮੰਤਰੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ। ਉੱਥੇ ਹੀ ਸੁਖਪਾਲ ਸਿੰਘ ਖਹਿਰਾ ਨੂੰ ਖਹਿਰਾ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ। ਦੇਖੋ, ਅਰਵਿੰਦ ਕੇਜਰੀਵਾਲ ਨੂੰ ਦੋ ਕਿਸਾਂ ਦੇ ਵਿੱਚ ਲਿਆ ਗਿਆ ਸੀ। ਇੱਕ ਮਨੀ ਲਾਂਡਰਿੰਗ ਦਾ, ਜਿਹਦੇ ਵਿੱਚ ਉਹਨਾਂ ਦੀ ਜ਼ਮਾਨਤ ਪਹਿਲਾਂ ਹੋ ਚੁੱਕੀ ਹੈ। ਦੂਸਰਾ, ਅਰਵਿੰਦ ਕੇਜਰੀਵਾਲ 'ਤੇ CBI ਦਾ ਕੇਸ ਕਰਤਾ, ਜਿਹੜਾ ਸ਼ਰਾਬ ਘੁਟਾਲਾ, ਜਿਹਦੀਆਂ ਤਾਰਾਂ ਪੰਜਾਬ ਤੱਕ ਜੁੜਦੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਵੀ ਉਹੀ ਨੀਤੀ, ਹਾਲਾਂਕਿ ਦਿੱਲੀ ਨੇ ਰੱਦ ਕਰਤੀ ਸੀ, ਪੰਜਾਬ ਦੇ ਵਿੱਚ ਉਹ ਨੀਤੀ ਹੈ। ਕਿ ਕਿਸੇ ਨੂੰ ਝੂਠੇ ਕੇਸ 'ਚ ਫਸਾਉਣਾ ਬਹੁਤ ਸੌਖਾ ਲੱਗਦਾ ਹੈ, ਅਤੇ ਜਦੋਂ ਆਪ ਭੁਗਤਣਾ ਪੈਂਦਾ ਉਦੋਂ ਫਿਰ ਗੱਲ ਹੋਰ ਹੁੰਦੀ ਹੈ। ਦੁਹਾਈ ਪਾਉਂਦੇ ਫਿਰਦੇ ਨੇ, ਦੁਥੜੇ ਮਾਰਦੇ ਨੇ ਕਿ ਸਾਨੂੰ ਤਾਂ ਜੀ ਗਲਤ ਫਸਾਇਆ ਗਿਆ, ਸਾਡੇ ਨਾਲ ਐਂ ਹੋਇਆ, ਉਹ ਹੋਇਆ। ਅਤੇ ਅੱਜ ਅਰਵਿੰਦ ਕੇਜਰੀਵਾਲ ਨੂੰ ਅਹਿਸਾਸ ਹੋ ਗਿਆ ਹੋਵੇਗਾ ਕਿਸੇ ਨੂੰ ਗਲਤ ਕੇਸ ਵਿੱਚ ਫਸਾਉਣਾ ਕਿੱਡਾ ਮਾੜਾ ਹੁੰਦਾ ਹੈ। ਪਰ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣਾ ਸਿਆਸੀ ਤੀਰ ਉਸ ਪਾਸੇ ਵੱਲ ਨੂੰ ਛੱਡਿਆ, ਜਿਵੇਂ ਕਹਿੰਦੇ ਨਾ ਕਿ ਧੀਏ ਗੱਲ ਸੁਣੀ ਨੂਹੇ ਕੰਨ ਕਰੀ। ਸੋ ਉਸ ਗੱਲ ਦੇ ਵਾਂਗੂ ਉਹਨਾਂ ਨੇ ਭਗਵੰਤ ਮਾਨ ਨੂੰ ਇੱਕ ਤਰੀਕੇ ਦੇ ਨਾਲ ਟੇਢਾ ਨਿਸ਼ਾਨਾ ਮਾਰ ਕੇ ਦੱਸਿਆ ਕਿ ਅੱਜ ਤੇਰਾ ਸਿਆਸੀ ਗੁਰੂ ਉਹ ਪਤਾ ਲੱਗ ਗਿਆ ਹੋਵੇਗਾ 177 ਦਿਨਾਂ ਬਾਅਦ ਬਾਹਰ ਆਇਆ ਹੋ। ਅੰਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਅਤੇ ਹਾਈ ਕੋਰਟ ਵੱਲੋਂ ਅੱਜ ਉਹਨਾਂ ਦੇ ਕੇਸ ਨੂੰ ਲੈ ਕੇ ਸੁਣਵਾਈ ਹੋਈ ਹੈ, ਅਤੇ ਅੰਮ੍ਰਿਤਪਾਲ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ। ਵਿਅਕਤੀ ਹੈ ਬਿਕਰਮਜੀਤ ਸਿੰਘ, ਜਿਹੜਾ ਚੋਣ ਲੜਿਆ ਸੀ, ਉਹਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਫਾਰਮ ਦਰਜ ਕੀਤੇ ਸੀ ਉਹਦੇ ਬਾਰੇ ਕਿਹਾ ਕਿ ਉਹਨਾਂ ਨੇ ਕੁਝ ਤਰੁੱਟੀਆਂ ਨੇ, ਸਹੀ ਜਾਣਕਾਰੀਆਂ ਨਹੀਂ ਦਿੱਤੀਆਂ। ਇਸ ਮਾਮਲੇ ਵਿੱਚ ਤੈਨਾਤ ਕਾਨੂੰਗੋ, ਪਟਵਾਰੀ ਕਿਸੇ ਵੀ ਮਾਮਲੇ 'ਚ ਸ਼ਾਮਿਲ ਹੋਣ ਦੀ ਸੂਰਤ ਵਿੱਚ ਉਹਨਾਂ ਖਿਲਾਫ ਸਿੱਧੀ ਕਹਿੰਦੇ FIR ਦਰਜ ਕੀਤੀ ਜਾਵੇਗੀ। ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਰੇ ਬਿਆਨ ਦਿੱਤਾ ਗਿਆ ਸੀ ਅਮਰੀਕਾ ਦੇ ਵਿੱਚ, ਅਤੇ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਨੇ। ਇਹ ਬਿਲਕੁਲ ਠੀਕ ਹੈ, ਉਦੋਂ 84 ਦੇ ਵਿੱਚ ਸਿੱਖਾਂ ਦੇ ਨਾਲ ਬਹੁਤ ਵਧੀਕੀਆਂ ਹੋਈਆਂ। ਸਿੱਖ ਨਾ ਤਾਂ ਕਿਸੇ ਨੂੰ ਭੈ ਦਿੰਦੇ ਆ, ਨਾ ਕਿਸੇ ਦਾ ਭੈ ਸਹਿੰਦੇ ਆ। ਕਹਿੰਦੇ ਜੇ ਅੱਜ ਦੀ ਗੱਲ ਕਰੀਏ ਤਾਂ ਘਟੀਆ ਵਰਤਾਂਤ ਸਰਕਾਰੀ ਸਰਪ੍ਰੀਸਤੀ ਹੇਠ ਸਿਰਜਿਆ ਜਾ ਰਿਹਾ। ਜੋਧਪੁਰ ਵਿੱਚ ਜੁਡੀਸ਼ਰੀ ਦਾ ਪੇਪਰ ਦੇਣ ਗਏ ਬੱਚਿਆਂ 'ਤੇ ਕਕਾਰ ਲਹਾਏ ਗਏ। ਸਿੱਖਾਂ ਦਾ ਕਕਾਰ ਹੈ ਉਹ ਕਿਵੇਂ ਪਾਸੇ ਕਰ ਸਕਦੇ ਆ? ਉਹ ਕਹਿੰਦੇ ਅਜਿਹੀਆਂ ਘਟਨਾਵਾਂ ਕਾਂਗਰਸ ਆਗੂ ਦੇ ਬਿਆਨ ਨੂੰ ਪੁਖਤਾ ਕਰਦੀਆਂ ਨੇ। ਜੋ ਰਾਹੁਲ ਗਾਂਧੀ ਨੇ ਮਾਮਲਾ ਚੱਕਿਆ ਕਿ ਜਦੋਂ ਕੁਝ ਘੱਟ ਗਿਣਤੀਆਂ ਨਾਲ, ਮੁਸਲਮਾਨਾਂ ਨਾਲ, ਸਿੱਖਾਂ ਨਾਲ ਹੋ ਰਿਹਾ, ਇੱਕ ਸਮਾਂ ਆਵੇਗਾ ਇਹ ਤਾਂ ਤੁਹਾਨੂੰ ਪੱਗ ਬੰਨ ਕੇ ਗੁਰੂ ਘਰਾਂ 'ਚ ਜਾਣ ਨਹੀਂ ਦੇਣਗੇ। ਨਸ਼ਲ ਪੁਸੀ ਹੋਈ ਸੀ ਸਿੱਖਾਂ ਦੀ, ਢਿੱਲ ਸਾਹਿਬ ਉਹਦੇ ਚੱਲਦੇ ਜਗਦੀਸ਼ ਟਾਈਲਰ ਦਾ ਇੱਕ ਵੱਡਾ ਰੋਲ ਸੀਗਾ, ਅਤੇ ਕਾਫੀ ਸਮਾਂ ਹੋ ਗਿਆ ਸੀਗਾ ਜੀ ਤਰੀਕਾਂ ਪੈਂਦੀਆਂ ਗਈਆਂ, ਪਰ ਉਹਨਾਂ ਦੇ ਖਿਲਾਫ਼ ਅੱਜ ਦੋਸ਼ ਤੈਅ ਹੋ ਗਏ ਨੇ। ਕਿਹਾ ਗਿਆ ਸੀ ਕਿ ਜਗਦੀਸ਼ ਟਾਈਟਲਰ ਖਿਲਾਫ਼ ਕੇਸ ਚਲਾਉਣ ਲਈ ਪੁਖਤਾ ਸਬੂਤ ਹੈ, CBI ਦੀ ਜਾਂਚ ਕੀਤੀ ਹੋਈ ਹੈ। ਇਹ ਤਾਂ 40 ਸਾਲ ਹੋ ਗਏ ਇਸ ਮਾਮਲੇ ਨੂੰ। ਇੱਕ ਪਾਸੇ ਜਗਦੀਸ਼ ਟਾਈਟਲਰ ਵਾਲਾ ਕੇਸ ਹੈ, ਦੂਜੇ ਪਾਸੇ ਕੁੜਕੜਦਮਾ ਅਦਾਲਤ ਦਾ ਉਹ ਕੇਸ ਹੈ ਜਿਹਦੇ ਵਿੱਚ 10 ਵਾਰੀ ਕਰ ਦਿੱਤੇ।
ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ, ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਨ ਲੱਗ ਗਏ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਅਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਅਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਉਣ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਢਿੱਲੋਂ ਸਰ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ। ਢਿੱਲੋਂ ਸਾਹਿਬ, ਜਿੱਥੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ, ਉੱਥੇ ਹੀ ਸੁਖਪਾਲ ਸਿੰਘ ਖਹਿਰਾ ਨੂੰ ਖਹਿਰਾ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਲੈ ਕੇ। ਦੇਖੋ, ਅਰਵਿੰਦ ਕੇਜਰੀਵਾਲ ਨੂੰ ਦੋ ਕੇਸਾਂ ਦੇ ਵਿੱਚ ਲਿਆ ਗਿਆ ਸੀ। ਇੱਕ ਮਨੀ ਲਾਂਡਰਿੰਗ ਦਾ, ਜਿਹਦੇ ਵਿੱਚ ਉਹਨਾਂ ਦੀ ਜ਼ਮਾਨਤ ਪਹਿਲਾਂ ਹੋ ਚੁੱਕੀ ਹੈ। ਦੂਸਰਾ, ਅਰਵਿੰਦ ਕੇਜਰੀਵਾਲ 'ਤੇ CBI ਦਾ ਕੇਸ ਕਰਤਾ, ਜਿਹੜਾ ਸ਼ਰਾਬ ਘੁਟਾਲਾ, ਜਿਹਦੀਆਂ ਤਾਰਾਂ ਪੰਜਾਬ ਤੱਕ ਜੁੜਦੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਵੀ ਉਹੀ ਨੀਤੀ, ਹਾਲਾਂਕਿ ਦਿੱਲੀ ਨੇ ਰੱਦ ਕਰਤੀ ਸੀ, ਪੰਜਾਬ ਦੇ ਵਿੱਚ ਉਹ ਨੀਤੀ ਲੈ ਆਉਂਦੀ ਹੈ। ਅਰਵਿੰਦ ਕੇਜਰੀਵਾਲ ਦੀ ਜ਼ਮਾਨਤ 'ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਹੋ ਰਹੇ ਨੇ ਕਿ ਇਹਦੇ ਪਿਛਲੇ ਪਾਸੇ ਵਰਤਾਂਤ ਕੋਈ ਹੋਰ ਸਿਰਜਿਆ ਜਾ ਰਿਹਾ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਦੇ ਵੱਲੋਂ, ਉਹ ਆਪਣੀ ਥਾਂ 'ਤੇ। ਇਸ ਮਾਮਲੇ ਦੇ ਵਿੱਚ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ, ਉਹਨਾਂ ਦੇ ਵਿੱਚ ਫਿਰ ਆਪਦੇ ਵਾਲੀ ਗੱਲ ਲਿਆਂਦੀ। ਇਹ ਜ਼ਮਾਨਤ ਕਿਹਨੇ ਦਿੱਤੀ ਹੈ? ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਉਜਵਲ ਭੂਈਆਂ। ਸੁਖਪਾਲ ਸਿੰਘ ਖਹਿਰਾ ਕਹਿੰਦਾ ਕਿ ਕਿਸੇ ਨੂੰ ਝੂਠੇ ਕੇਸ 'ਚ ਫਸਾਉਣਾ ਬਹੁਤ ਸੌਖਾ ਲੱਗਦਾ ਹੈ, ਅਤੇ ਜਦੋਂ ਆਪ ਭੁਗਤਣਾ ਪੈਂਦਾ ਉਦੋਂ ਫਿਰ ਗੱਲ ਹੋਰ ਹੁੰਦੀ ਹੈ। ਹੁਣ ਅਰਵਿੰਦ ਕੇਜਰੀਵਾਲ ਨੇ ਝੂਠੇ ਕੇਸ ਬਣਵਾਏ ਅਤੇ ਹੁਣ ਦੁਹਾਈ ਪਾਉਂਦੇ ਫਿਰਦੇ ਨੇ, ਦੁਹਾਥੜੇ ਮਾਰਦੇ ਨੇ ਕਿ ਸਾਨੂੰ ਤਾਂ ਜੀ ਗਲਤ ਫਸਾਇਆ ਗਿਆ, ਸਾਡੇ ਨਾਲ ਐਂ ਹੋਇਆ, ਉਹ ਹੋਇਆ। ਅਤੇ ਅੱਜ ਅਰਵਿੰਦ ਕੇਜਰੀਵਾਲ ਨੂੰ ਅਹਿਸਾਸ ਹੋ ਗਿਆ ਹੋਵੇਗਾ ਕਿਸੇ ਨੂੰ ਗਲਤ ਕੇਸ ਵਿੱਚ ਫਸਾਉਣਾ ਕਿੱਡਾ ਮਾੜਾ ਹੁੰਦਾ ਹੈ। ਉਹਨਾਂ ਫਿਰ ਕਿਹਾ ਕਿ ਭਗਵੰਤ ਮਾਨ ਨੇ ਰਾਜਨੀਤੀ ਤੋਂ ਪ੍ਰੇਰਿਤ ਇਹ ਝੂਠੇ ਦੋਸ਼ਾਂ ਤਹਿਤ ਮੈਨੂੰ ਫਸਾਇਆ, 5 ਝੂਠੇ ਮੁਕੱਦਮੇ ਦਰਜ ਕਰਾਏ, ਮਨ ਘੜਤ ਕੇਸ ਦਰਜ ਕੀਤੇ, ਜੇਲ੍ਹਾਂ 'ਚ ਭੇਜਿਆ ਅਤੇ ਬਦਲਾਕੋਰੀ ਕਰਨੀ ਜਾਰੀ ਰੱਖੀ। ਜੇ ਇਹਨਾਂ ਨੇ ਤਾਂ BJP ਅਤੇ ਆਮ ਆਦਮੀ ਪਾਰਟੀ ਦੀ ਨੀਤੀ ਦੇ ਵਿੱਚ ਕੋਈ ਫਰਕ ਨਹੀਂ ਰਹੇਗਾ। ਸੋ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੋਂ ਬਾਅਦ ਅਰ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣਾ ਸਿਆਸੀ ਤੀਰ ਉਸ ਪਾਸੇ ਵੱਲ ਨੂੰ ਛੱਡਿਆ। ਜਿਵੇਂ ਕਹਿੰਦੇ ਨਾ ਕਿ ਧੀਏ ਗੱਲ ਸੁਣੀ ਨੂੰਹੇ ਕੰਨ ਕਰੀ, ਸੋ ਉਸ ਗੱਲ ਦੇ ਵਾਂਗੂ ਉਹਨਾਂ ਨੇ ਭਗਵੰਤ ਮਾਨ ਨੂੰ ਇੱਕ ਤਰੀਕੇ ਦੇ ਨਾਲ ਟੇਢਾ ਨਿਸ਼ਾਨਾ ਮਾਰ ਕੇ ਦੱਸਿਆ ਕਿ ਅੱਜ ਤੇਰਾ ਸਿਆਸੀ ਗੁਰੂ, ਉਹਨੂੰ ਪਤਾ ਲੱਗ ਗਿਆ ਹੋਵੇਗਾ 177 ਦਿਨਾਂ ਬਾਅਦ ਬਾਹਰ ਆਇਆ ਹੋ। ਸੋ ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਨੂੰ ਆਪਣੇ ਤਰੀਕੇ ਦੇ ਨਾਲ ਲਿਆ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ, ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਅਤੇ ਹਾਈ ਕੋਰਟ ਵੱਲੋਂ ਅੱਜ ਉਹਨਾਂ ਦੇ ਕੇਸ ਨੂੰ ਲੈ ਕੇ ਸੁਣਵਾਈ ਹੋਈ ਹੈ ਅਤੇ ਅੰਮ੍ਰਿਤਪਾਲ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ। ਹਾਂ, ਇਹਦੇ ਵਿੱਚ ਕੋਈ ਉਹ ਨਹੀਂ। ਉੱਥੋਂ ਦਾ ਇੱਕ ਵਿਅਕਤੀ ਹੈ ਬਿਕਰਮਜੀਤ ਸਿੰਘ, ਜਿਹੜਾ ਚੋਣ ਲੜਿਆ ਸੀ, ਉਹਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਫਾਰਮ ਦਰਜ ਕੀਤੇ ਸੀ ਉਹਦੇ ਬਾਰੇ ਕਿਹਾ ਕਿ ਉਹਨਾਂ ਨੇ ਕੁਝ ਤਰੁੱਟੀਆਂ ਨੇ, ਸਹੀ ਜਾਣਕਾਰੀਆਂ ਨਹੀਂ ਦਿੱਤੀਆਂ। ਹਾਲਾਂਕਿ ਜ਼ਿਲ੍ਹਾ ਚੋਣ ਅਫਸਰ ਜਦੋਂ ਕਾਗਜ਼ਾਂ ਦੀ ਪੜਤਾਲ ਕਰਦਾ, ਉਦੋਂ ਬਾਅਦ ਪਾਇਆ ਜਾਂਦਾ ਕਿ ਇਹ ਪੜਤਾਲ ਵਿੱਚ ਸਹੀ ਨੇ ਜਾਂ ਗਲਤ ਨੇ। ਫਿਰ ਵੀ ਬਿਕਰਮਜੀਤ ਸਿੰਘ ਨੇ ਚੁਣੌਤੀ ਦਿੱਤੀ ਤਾਂ ਅੰਮ੍ਰਿਤਪਾਲ ਸਿੰਘ ਸਮੇਤ, ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ
ਖਰਚ ਦੇ ਵੇਰਵੇ ਨੇ ਉਹਦੇ ਵਿੱਚ ਬਹੁਤ ਕੁਝ ਛੁਪਾਇਆ ਗਿਆ। ਭਾਈ ਅੰਮ੍ਰਿਤਪਾਲ ਸਿੰਘ ਤਾਂ ਬਾਹਰ ਹੈ ਨਹੀਂ ਸੀ, ਉਹਦੇ ਪਿਤਾ ਸਰਦਾਰ ਤਰਸੇਮ ਸਿੰਘ, ਉਹਦੇ ਚਾਚਾ ਜਾਂ ਹੋਰ ਜਿਹੜੇ ਵੀ ਪਰਿਵਾਰ ਦੇ ਮੈਂਬਰ ਨੇ, ਉਹਦਾ ਕੇਸ ਤਾਂ ਉਹਨਾਂ ਨੇ ਲੜਿਆ, ਇਹ ਚੋਣ ਲੜੀ ਹੈ। ਪਰ ਮਾਨਯੋਗ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਤਾਇਨਾਤ ਕਾਨੂੰਗੋ ਪਟਵਾਰੀ ਕਿਸੇ ਵੀ ਮਾਮਲੇ 'ਚ ਸ਼ਾਮਿਲ ਹੋਣ ਦੀ ਸੂਰਤ ਵਿੱਚ ਉਹਨਾਂ ਖਿਲਾਫ਼ ਸਿੱਧੀ ਕਹਿੰਦੇ FIR ਦਰਜ ਕੀਤੀ ਜਾਵੇਗੀ। ਜਿਹੜੇ ਸਹੀ ਵੇਰਵੇ ਨਹੀਂ ਦਿੱਤੇ ਅੰਮ੍ਰਿਤਪਾਲ ਸਿੰਘ ਸਮੇਤ ਬਾਕੀਆਂ ਨੂੰ ਵੀ ਉਹਨਾਂ ਨੇ ਨੋਟਿਸ ਭੇਜਤਾ, ਅਤੇ ਅਦਾਲਤ ਨੇ 3 ਸਾਲ ਪੁਰਾਣੇ ਕੇਸ ਨੂੰ ਰੱਦ ਕਰਤਾ। ਸੋ ਇਸ ਮਾਮਲੇ ਦੇ ਵਿੱਚ ਜਿਹੜਾ ਨੋਟਿਸ ਦੇ ਵਿੱਚ ਇਹੋ ਹੀ ਕਿਹਾ ਕਿ ਅਗਲੀ ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ ਇਸ ਮਾਮਲੇ ਦੇ ਵਿੱਚ ਪੂਰਾ ਵੇਰਵਾ ਖਰਚੇ ਦਾ, ਅਤੇ ਇੱਥੇ ਚੋਣ ਦਰਸ਼ਕ ਵੀ ਆਏ ਸੀ, ਸਵਾਲ ਤਾਂ ਫਿਰ ਉਹਨਾਂ 'ਤੇ ਵੀ ਉੱਠਣਗੇ। ਜੇ ਉਹਨਾਂ ਨੇ ਵੇਰਵੇ ਸਹੀ ਨਹੀਂ ਦਿੱਤੇ ਤਾਂ ਜਿਹੜਾ ਖਰਚਾ ਚੋਣ ਦਰਸ਼ਕ ਸੀ ਉਹਨੇ ਰਿਪੋਰਟ ਕਿਵੇਂ ਦਿੱਤੀ? ਸੋ ਇਸ ਮਾਮਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਨੋਟਿਸ ਤੋਂ ਬਾਅਦ ਕੇਸ ਬਹਿਸ 'ਤੇ ਹੋਵੇਗਾ, ਸੁਣਵਾਈ ਹੋਵੇਗੀ। ਜਿਹੜਾ ਕੁਝ ਸਬੂਤ ਬਿਕਰਮ ਸਿੰਘ ਨੇ ਉੱਥੇ ਸ਼ਿਕਾਇਤ ਕੀਤੀ ਹੈ, ਜਿਹੜਾ ਜਵਾਬ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਅਕਤੀਆਂ ਵੱਲੋਂ ਦਾਇਰ ਕੀਤਾ ਜਾਵੇਗਾ, ਉਹਨੂੰ ਦੇਖਣ ਤੋਂ ਬਾਅਦ ਮਾਨਯੋਗ ਅਦਾਲਤ ਕਿਸੇ ਨਤੀਜੇ 'ਤੇ ਪਹੁੰਚੇਗੀ ਜੀ। ਸੋ ਡਾਕਟਰ ਸਾਹਿਬ, ਗੱਲ ਕਰਦੇ ਹਾਂ ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਰੇ ਬਿਆਨ ਦਿੱਤਾ ਗਿਆ ਸੀ ਅਮੈਰੀਕਾ ਦੇ ਵਿੱਚ, ਅਤੇ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਨੇ ਜੀ। ਦੇਖੋ, ਜਿਹੜਾ ਬਿਆਨ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਦਿੱਤਾ ਹੈ ਉਹਦੇ ਬਾਰੇ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਬਿਲਕੁਲ ਠੀਕ ਹੈ, ਉਦੋਂ 84 ਦੇ ਵਿੱਚ ਸਿੱਖਾਂ ਦੇ ਨਾਲ ਬਹੁਤ ਵਧੀਕੀਆਂ ਹੋਈਆਂ, ਸਿੱਖ ਨਾ ਤਾਂ ਕਿਸੇ ਨੂੰ ਭੈ ਦਿੰਦੇ ਆ ਨਾ ਕਿਸੇ ਦਾ ਭੈ ਸਹਿੰਦੇ ਹੈ। ਉਹ ਕਹਿੰਦੇ ਬਹੁਤ ਵੱਡੀਆਂ ਕੁਰਬਾਨੀਆਂ ਉਦੋਂ ਸਿੱਖਾਂ ਨੂੰ ਉਠਾਉਣੀਆਂ ਪਈਆਂ। ਉਹ ਕਹਿੰਦੇ ਕਿ ਮੈਂ ਇਸ ਬਿਆਨ ਦੇ ਨਾਲ ਇਹਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ, ਇਹਨੂੰ ਰੱਦ ਨਾ ਹੀ ਰੱਦ ਕੀਤਾ ਜਾ ਸਕਦਾ। ਉਹ ਕਹਿੰਦੇ ਉਦੋਂ ਸਿੱਖਾਂ ਦੇ ਨਾਲ ਉਸ ਵੇਲੇ ਦੀ ਹਕੂਮਤ ਨੇ ਬਹੁਤ ਕੁਝ ਕੀਤਾ, ਪਰ ਕੀ ਇਹ ਅੱਜ ਸਾਰਾ ਕੁਝ ਖਤਮ ਹੋ ਗਿਆ? ਉਹ ਕਹਿੰਦੇ 47 ਤੋਂ ਬਾਅਦ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਕਿ ਸਿੱਖਾਂ ਨੇ, ਭਾਰਤ ਦੇ ਨੇਤਾਵਾਂ ਨੇ ਜਿਹੜੇ ਵਾਅਦਾ ਕੀਤੇ ਸੀ ਉਹ ਪਹਿਲੀ ਗੱਲ ਤਾਂ ਮੁੱਕਰ ਗਏ, ਔਰ ਸਿੱਖਾਂ ਨੂੰ ਕਿਹਾ ਗਿਆ ਸੀ ਕਿ ਉਹ ਵੀ ਆਪਣੇ ਆਜ਼ਾਦੀ ਨਾਲ ਜੀਵਨ ਬਸਰ ਕਰ ਸਕਣਗੇ। ਉਹਨਾਂ ਨੇ ਹੋਰ ਕਿਹਾ 84 ਵਿੱਚ ਜੋ ਕੁਝ ਵਾਪਰਿਆ ਉਹ ਸਾਰਿਆਂ ਦੇ ਸਾਹਮਣੇ ਹੈ, ਪਰ ਕਹਿੰਦੇ ਜੇ ਅੱਜ ਦੀ ਗੱਲ ਕਰੀਏ ਤਾਂ ਘਟੀਆ ਵਰਤਾਂਤ ਸਰਕਾਰੀ ਸਰਪ੍ਰਸਤੀ ਹੇਠ ਸਿਰਜਿਆ ਜਾ ਰਿਹਾ। ਜੋਧਪੁਰ ਵਿੱਚ ਜੁਡੀਸ਼ਰੀ ਦਾ ਪੇਪਰ ਦੇਣ ਗਏ ਬੱਚਿਆਂ 'ਤੇ ਕਕਾਰ ਲਹਾਏ ਗਏ, ਸਿੱਖ ਲੜਕਾ ਲੜਕੀ ਨੂੰ ਕਕਾਰ ਲੈ ਕੇ ਬੈਠਣ ਦੇ ਦੇਸ਼ ਕੀਤੇ, ਲੋਕ ਸਭਾ ਚੋਣਾਂ ਦੇ
ਦੌਰਾਨ ਗੰਗਾਨਗਰ ਦੇ ਚੋਣ ਅਧਿਕਾਰੀਆਂ ਨੇ ਹਦਾਇਤ ਕੀਤੀ ਕਿ ਕੋਈ ਸਿੱਖ ਕਕਾਰ ਪਾ ਕੇ ਵੋਟ ਨਹੀਂ ਪਾਵੇਗਾ ਅਤੇ ਸਿੱਖਾਂ ਦਾ ਕਕਾਰ ਹੈ ਉਹ ਕਿਵੇਂ ਪਾਸੇ ਕਰ ਸਕਦੇ ਹੈ। ਉਹ ਕਹਿੰਦੇ ਅਜਿਹੀਆਂ ਘਟਨਾਵਾਂ ਕਾਂਗਰਸ ਆਗੂ ਦੇ ਬਿਆਨ ਨੂੰ ਪੁਖਤਾ ਕਰਦੀਆਂ ਨੇ, ਭਾਵ ਜੋ ਰਾਹੁਲ ਗਾਂਧੀ ਨੇ ਮਾਮਲਾ ਚੱਕਿਆ ਕਿ ਜਦੋਂ ਕੁਝ ਘੱਟ ਗਿਣਤੀਆਂ ਨਾਲ ਮੁਸਲਮਾਨਾਂ ਨਾਲ ਸਿੱਖਾਂ ਨਾਲ ਹੋ ਰਿਹਾ ਇੱਕ ਸਮਾਂ ਆਵੇਗਾ, ਇਹ ਤਾਂ ਤੁਹਾਨੂੰ ਪੱਗ ਬੰਨ੍ਹ ਕੇ ਗੁਰੂ ਘਰਾਂ 'ਚ ਜਾਣ ਨਹੀਂ ਦੇਣਗੇ। ਸੋ ਜੱਦਰ ਸਾਹਿਬ ਨੇ ਕਿਹਾ ਕਿ ਸਿੱਖਾਂ ਅੰਦਰ ਇਹੋ ਜਿਹੀਆਂ ਘਟਨਾਵਾਂ ਆਜ ਤਾਂ 15 ਦਿਨ ਦੀ ਗੱਲ ਹੈ, ਜਦੋਂ 3-4 ਆਗੂ ਸਿੱਖ ਆਗੂ ਜਾ ਰਹੇ ਸਨ ਤਮਿਲਨਾਡੂ ਨੂੰ, ਉਹਨਾਂ ਦੇ ਨਾਲ ਉਹਨਾਂ ਨੂੰ ਕਕਾਰਾਂ ਕਰਕੇ ਫਲਾਈਟ 'ਚ ਨਹੀਂ ਜਾਣ ਦਿੱਤਾ ਗਿਆ, ਬਾਅਦ ਦੇ ਵਿੱਚ ਹੋਰ ਫਲਾਈਟ 'ਚ ਗਏ। ਇਸੇ ਤਰ੍ਹਾਂ ਆਪਾਂ ਕਿੰਨੀਆਂ ਉਦਾਹਰਨਾਂ ਦੇ ਸਕਦੇ ਹਾਂ ਇਸ ਤਰ੍ਹਾਂ ਦੀਆਂ ਜੋ ਪਹਿਲਾਂ ਵਾਪਰੀਆਂ ਨੇ। ਸੋ ਇਹੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਉਹਦੀ ਪ੍ਰੋੜਤਾ ਕੀਤੀ ਹੈ ਕਿ ਜੋ ਰਾਹੁਲ ਨੇ ਉਹ ਗੱਲ ਉਠਾਈ ਹੈ ਬਿਲਕੁਲ ਅੱਜ ਵੀ ਉਹ ਚੀਜ਼ਾਂ ਵਾਪਰ ਰਹੀਆਂ ਨੇ। ਮੈਂ ਦੂਜੇ ਪਾਸੇ ਗੱਲ ਕਰਦਾ ਹੁੰਦਾ ਇਸ ਤੋਂ ਅੱਗੇ ਜਾ ਕੇ, ਆ ਜਿਹੜੇ ਕੱਲ੍ਹ ਧਰਨੇ ਦੇ ਰਹੇ ਸੀ, ਜਦੋਂ ਇਹ ਕੁਝ ਵਾਪਰਿਆ ਸੀ, ਜਦੋਂ ਦਿੱਲੀ ਬਾਰਡਰ 'ਤੇ ਬੈਠੇ ਸਿੱਖਾਂ ਨੂੰ ਖਾੜਕੂ, ਅੱਤਵਾਦੀ, ਵੱਖਵਾਦੀ, ਖਾਲਿਸਤਾਨੀ ਕਿਹਾ ਗਿਆ ਸੀ, ਆ ਜਿਹੜੇ ਕੱਲ੍ਹ ਜਾ ਰਹੇ ਸੀ, ਅਤੇ ਉਦੋਂ ਇਹਨਾਂ ਦੇ ਮੂੰਹ 'ਚ ਘੁੰਗਣੀਆਂ ਸੀ, ਉਦੋਂ ਇਹ ਕਿਉਂ ਨਾ ਬੋਲੇ? ਜਦੋਂ ਸਮੇਂ ਸਿਰ ਸਹੀ ਸਮੇਂ 'ਤੇ ਆਪਾਂ ਕਦਮ ਨਹੀਂ ਉਠਾਉਂਦੇ, ਸਹੀ ਸਮੇਂ 'ਤੇ ਸਹੀ ਰੂਪ 'ਚ ਬੋਲਦੇ ਨਹੀਂ, ਆ ਜਿਹੜੇ ਅੱਜ ਅਕਾਲ ਤਖ਼ਤ 'ਤੇ ਸ਼ਿਕਾਇਤ ਕਰਨ ਗਏ ਨੇ ਰਾਸੀ ਆਗੂ ਕਿ ਅਸੀਂ ਉਦੋਂ ਚੁੱਪ ਰਹੇ, ਤੁਸੀਂ ਵੈਸੇ ਨਹੀਂ ਚੁੱਪ ਰਹੇ, ਆਪਣੀਆਂ ਕੁਰਸੀਆਂ ਬਚਾਉਣ ਖਾਤਰ ਚੁੱਪ ਰਹੇ, ਲੇਕਿਨ ਜੇ ਕਹਿੰਦੇ ਆ ਕਿ ਨਾ ਭਾਊ ਕੋ ਦੇ ਤਾ ਨਾ ਕੋ ਭਾ ਆਣ, ਭਾਵ ਸਿੱਖ ਕਿਸੇ ਨੂੰ ਨਾ ਤਾਂ ਭੈ ਦਿੰਦਾ ਨਾ ਭੈ ਸਹਿੰਦਾ, ਜੇ ਉਦੋਂ ਵੀ ਚੁੱਪ ਕਰਨਾ ਜ਼ੁਲਮ ਹੁੰਦਾ ਦੇਖ ਕੇ, ਉਹ ਵੀ ਸਿੱਖ ਇਤਿਹਾਸ ਦੇ ਵਿੱਚ ਸਿੱਖ ਦੇ ਸਿਰ 'ਤੇ ਨਹੀਂ ਆਉਂਦਾ, ਉਹ ਕਦੇ ਵੀ ਜ਼ੁਲਮ ਹੁੰਦਾ ਦੇਖ ਨਹੀਂ ਸਕਦਾ ਅਤੇ ਨਾ ਹੀ ਕਿਸੇ ਨਾਲ ਕਰਦਾ ਅਤੇ ਨਾ ਹੀ ਆਪਣੇ 'ਤੇ ਹੁੰਦਾ ਸਹਿੰਦਾ। ਇਹ ਸਿੱਖ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਹੈ ਜਿਹਨੂੰ ਸਿੱਖ ਹਮੇਸ਼ਾ ਨਾਲ ਰੱਖਦੇ ਆ, ਪਰ ਰਾਸੀ ਆਗੂਆਂ ਨੇ ਸਾਡੇ ਇਸ ਇਤਿਹਾਸ ਨੂੰ ਵੀ ਕੁਝ ਹੋਰ ਤਰੀਕੇ ਦਾ ਘਰ ਬਣਾ ਕੇ ਰੱਖ ਦਿੱਤਾ, ਆਪਣੀ ਰਾਸੀ ਜਿਹੜੀ ਕੁਰਸੀ ਹੈ ਉਹਦੇ ਪਿੱਛੇ ਜੀ। ਸੋ ਦੂਜੇ ਪਾਸੇ ਗੱਲ ਕਰਦੇ ਜੀ 1984 ਦੇ ਜੋ ਨਸਲਕੁਸ਼ੀ ਹੋਈ ਸੀ ਸਿੱਖਾਂ ਦੀ ਢਿਲਸਾ, ਉਹਦੇ ਚੱਲਦੇ ਜਗਦੀਸ਼ ਟਾਇਲਰ ਦਾ ਇੱਕ ਵੱਡਾ ਰੋਲ ਸੀਗਾ ਅਤੇ ਕਾਫੀ ਸਮਾਂ ਹੋ ਗਿਆ ਸੀਗਾ ਜੀ, ਤਰੀਕਾਂ ਪੈਂਦੀਆਂ ਗਈਆਂ, ਪਰ ਉਹਨਾਂ ਦੇ ਖਿਲਾਫ਼ ਅੱਜ ਦੋਸ਼ ਤੈਅ ਹੋ ਗਏ ਨੇ ਜੀ। ਦੇਖੋ ਪਿਛਲੀ ਤਰੀਕ ਦੇ ਵਿੱਚ ਇਸ ਜਗਦੀਸ਼ ਟਾਇਲਰ ਦੇ ਖਿਲਾਫ਼ ਦੋਸ਼ ਲੱਗੇ ਸੀ, ਸੁਣਵਾਈ ਤੋਂ ਬਾਅਦ ਅੱਜ ਦੋਸ਼ ਆਇਦ ਹੋ ਚੁੱਕੇ ਨੇ। ਇਹਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਹੈ। ਉਹਨਾਂ ਨੇ 30 ਜਿਹੜੀ ਪਿਛਲੀ 30 ਅਗਸਤ ਨੂੰ ਸੁਣਵਾਈ ਹੋਈ ਸੀ, ਉਹਦੇ ਵਿੱਚ ਅਦਾਲਤ 'ਚ ਕਿਹਾ ਗਿਆ ਸੀ ਕਿ ਜਗਦੀਸ਼ ਟਾਇਲਰ ਖਿਲਾਫ਼ ਕੇਸ ਚਲਾਉਣ ਲਈ ਪੁਖਤਾ ਸਬੂਤ ਹੈ, CBI ਦੀ ਜਾਂਚ ਕੀਤੀ ਹੋਈ ਹੈ, ਇਹ ਤਾਂ 40 ਸਾਲ ਹੋ ਗਏ ਇਸ ਮਾਮਲੇ ਨੂੰ, ਅਜੇ ਤੱਕਰ ਜਿਉਂਦੀ ਤਿਉਂ ਹੈ, ਅਤੇ ਸਾਰਿਆਂ ਨੂੰ ਪਤਾ ਹੈ ਕਿ ਉਸ ਵੇਲੇ ਗੈਰ ਕਾਨੂੰਨੀ ਢੰਗ ਨਾਲ ਇਕੱਠੇ ਕਰਕੇ ਦੰਗੇ ਭੜਕਾ ਕੇ ਦੋ ਗੁੱਟਾਂ ਨੂੰ ਇੱਕ ਦੂਜੇ ਦੇ ਖਿਲਾਫ਼
ਜ਼ਬਰਦਸਤੀ ਘਰਾਂ 'ਚ ਵੜਨਾ, ਚੋਰੀ ਦੇ ਦੋਸ਼ ਤੈਅ, ਅਤੇ ਸਪੈਸ਼ਲ ਜੱਜ ਰਕੇਸ਼ ਸਿਆਲ ਦੀ ਅਦਾਲਤ ਵਿੱਚ CBI ਦੇ ਦੋਸ਼ਾਂ 'ਚ ਕਿਹਾ ਸੀ ਕਿ ਉਹ ਉੱਥੇ ਨਹੀਂ ਸੀ, ਉੱਥੇ ਅਦਾਲਤ ਦੇ ਵਿੱਚ ਕੁੜਕੁੜ ਡੁੰਮਾ ਦੀ ਨਾ ਸੋਰੀ ਦਿੱਲੀ ਦੀ ਇੱਕ ਅਦਾਲਤ ਹੈ। ਅਤੇ ਦੂਜੇ ਪਾਸੇ ਇਹ ਵੀ ਖਬਰ ਆਈ ਹੈ ਕੁੜਕੁੜ ਡੁੰਮਾ ਅਦਾਲਤ ਦੇ ਵਿੱਚ ਕੁਝ ਦੰਗਿਆਂ ਦੇ ਜਿਹੜੇ ਕੇਸ ਸੀ ਉਹਦੇ ਵਿੱਚ 10 ਬਰੀ ਵੀ ਕਰ ਦਿੱਤੇ ਗਏ ਨੇ। ਹੋ ਸਕਦਾ ਉਹਨਾਂ ਦੇ ਖਿਲਾਫ ਪੁਖਤਾ ਸਬੂਤ ਨਾ ਹੋਣ। ਇਹੀ ਗੱਲ ਅਦਾਲਤ ਨੇ ਆਪਣੇ ਦੇਸ਼ 'ਚ ਕਹੀ ਹੈ ਕਿ ਉਹਨਾਂ ਖਿਲਾਫ ਪੁਖਤਾ ਸਬੂਤ ਨਹੀਂ ਸੀ ਜਿਹਦੇ ਕਰਕੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਉੱਤਰ ਪੂਰਬੀ ਦਾ ਇਹ ਕੇਸ ਹੈਗਾ, ਕੁੜਕੁੜ ਡੁੰਮਾ ਦੀ ਅਦਾਲਤ ਹੈ, ਉਹ ਕਹਿੰਦੇ ਵਾਜਬ ਸ਼ੱਕ ਤੋਂ ਪਰੇ ਸਾਬਤੀ ਨਹੀਂ ਹੋ ਸਕਿਆ ਜਿਹਦੇ ਕਰਕੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਭਾਵ ਇੱਥੇ ਤਾਂ ਇਹ 84 ਦੇ ਦੰਗਿਆਂ ਦਾ ਰੌਲਾ ਬਹੁਤ ਪਾਉਂਦੇ ਨੇ, ਅਤੇ ਕੀ ਅਦਾਲਤਾਂ ਦੇ ਵਿੱਚ ਇਹਨਾਂ ਲੋਕਾਂ ਨੇ ਕੋਈ ਵੱਡੇ ਵਕੀਲ ਉਸ ਪੱਧਰ ਦੇ ਖੜ੍ਹੇ ਕੀਤੇ? ਅਤੇ ਰੌਲਾ ਅਸੀਂ ਬਾਹਰ ਬਹੁਤ ਪਾਉਣਾ ਹੈ ਅਦਾਲਤਾਂ ਦੇ ਵਿੱਚ, ਸਬੂਤਾਂ ਦੇ ਆਧਾਰ 'ਤੇ ਗੱਲ ਹੋਣੀ ਹੈ। ਪਹਿਲੇ 40 ਸਾਲ ਹੋ ਗਏ ਨੇ, ਉਹਨਾਂ ਦੀਆਂ ਅੱਖਾਂ ਪੱਕ ਗਈਆਂ ਇਸ ਮਾਮਲੇ 'ਚ ਇਨਸਾਫ ਦੇਖਦਿਆਂ ਦੇਖਦਿਆਂ। ਇੱਕ ਪਾਸੇ ਜਗਦੀਸ਼ ਟੈਟਲਰ ਵਾਲਾ ਕੇਸ ਹੈ, ਦੂਜੇ ਪਾਸੇ ਕੁੜਕੁੜ ਡੁੰਮਾ ਅਦਾਲਤ ਦਾ ਉਹ ਕੇਸ ਹੈ ਜਿਹਦੇ ਵਿੱਚ 10 ਬਰੀ ਕਰ ਦਿੱਤੇ ਗਏ ਜੀ। ਸੋ ਗੱਲ ਕਰਦੇ ਜੀ, ਜਨਮੇਜਾ ਸਿੰਘ ਸੇਖੋਂ ਢਿੱਲ ਸਾਹਿਬ ਸ਼੍ਰੀ ਅਕਾਲ ਤਖ਼ਤ ਵਿਖੇ ਪਹੁੰਚੇ ਨੇ ਜੀ। ਮੇਰਾ ਖਿਆਲ ਇੱਕ ਅੱਧਾ ਹੀ ਰਹਿ ਗਿਆ ਹੁਣ, ਜਿਨ੍ਹਾਂ ਨੂੰ ਜੱਦਰ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਆ ਕੇ ਆਪਣਾ ਸਪਸ਼ਟੀਕਰਨ ਦਿਓ। ਉਹਨਾਂ ਵਿੱਚੋਂ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਇਹ ਸਿੰਜਾਈ ਵੀ ਰਹੇ ਨੇ ਅਤੇ ਲੋਕ ਨਿਰਮਾਣ ਦੇ ਵਿਭਾਗ ਦੇ ਮੰਤਰੀ ਵੀ ਰਹੇ ਨੇ। ਉਹਨਾਂ ਨੂੰ ਆਪਣਾ ਪੱਖ ਅਦਾਲਤ ਉੱਥੇ ਸੋਰੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਉਹਨਾਂ ਦੇ ਸਕੱਤਰਾਂ ਦੇ ਵਿੱਚ ਉਹਨਾਂ ਦੇ ਸਟਾਫ ਨੂੰ ਸੌਂਪ ਆਏ ਜੀ। ਸੋ ਵਿਧਾਨ ਸਭਾ ਦੀ ਕਮੇਟੀ ਵੱਲੋਂ ਜ਼ੀਰਕਪੁਰ ਦਾ ਦੌਰਾ ਕੀਤਾ ਗਿਆ ਜੀ। ਦੇਖੋ, ਇਹ ਵਿਧਾਨ ਸਭਾ ਦੀ ਜਿਹੜੀ ਕਮੇਟੀ ਹੈ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿਧਾਇਕ ਹੁੰਦੇ ਨੇ। ਇਹਨੂੰ ਹੈੱਡ ਕਰ ਰਹੇ ਸੀ ਗੁਰਪ੍ਰੀਤ ਸਿੰਘ ਗੋਗੀ, ਲੁਧਿਆਣੇ ਵਾਲੇ। ਬਹੁਤ ਸਾਰੀਆਂ ਸ਼ਿਕਾਇਤਾਂ ਇਹਨਾਂ ਕੋਲ ਪੁੱਜੀਆਂ ਸੀ। ਇਹਨਾਂ ਨੇ ਉੱਥੇ ਵਿਧਾਨ ਸਭਾ ਦੀ ਕਮੇਟੀ ਨੇ ਨਗਰ ਕੌਂਸਲ ਜ਼ੀਰਕਪੁਰ ਦੇ ਵਿੱਚ ਜਾ ਕੇ ਜਾਇਜ਼ਾ ਲਿਆ, ਜੋ ਜੋ ਦੋ ਸ਼ਿਕਾਇਤਾਂ ਗਈਆਂ ਸੀ ਉਹਦੇ ਆਧਾਰ ਦੇ ਉੱਤੇ ਕਿ ਕਿਵੇਂ ਇੱਥੇ ਟ੍ਰੈਫਿਕ ਜੈਮ ਲੱਗਦੇ ਆ, ਕਿਵੇਂ ਇੱਥੇ ਨਜਾਇਜ਼ ਉਸਾਰੀਆਂ ਹੋ ਰਹੀਆਂ ਨੇ। ਤਾਂ ਇਹ ਕਮੇਟੀ ਨੇ ਸੰਬੰਧਿਤ ਅਧਿਕਾਰੀ ਟ੍ਰੈਫਿਕ ਵਾਲਾ ਮਾਮਲਾ ਟ੍ਰੈਫਿਕ ਪੁਲਿਸ ਨੂੰ ਕਿਹਾ, ਉਸਾਰੀਆਂ ਵਾਲਾ ਵਾਲਾ ਨਗਰ ਕੌਂਸਲ ਜ਼ੀਰਕਪੁਰ ਨੂੰ ਕਿਹਾ, ਅਤੇ ਜਿਹੜੇ ਜਿਹੜੇ ਵੀ ਸੰਬੰਧ ਹੈ ਉਹਨਾਂ ਦੇ ਕਹਿਤਾ ਕਿ 15 ਦਿਨ ਦੇ ਵਿੱਚ ਰਿਪੋਰਟ ਦਿਓ। ਉਸ ਤੋਂ ਬਾਅਦ 21 ਦਿਨਾਂ ਬਾਅਦ ਇਹੀ ਲੋਕ ਸਭਾ ਦੀ ਕਮੇਟੀ, ਵਿਧਾਨ ਸਭਾ ਦੀ ਕਮੇਟੀ ਫਿਰ ਜ਼ੀਰਕਪੁਰ ਦੇ ਵਿੱਚ ਜੁੜੇਗੀ। ਜਿਹੜਾ ਜਵਾਬ ਅਧਿਕਾਰੀ ਦਿੰਦੇ ਹੈ ਕਿ ਇਹ ਕਮੇਟੀ, ਉਹ ਤੋਂ ਸੰਤੁਸ਼ਟ ਹੁੰਦੀ ਹੈ। ਲੇਕਿਨ ਗੋਗੀ ਸਾਹਿਬ ਨੇ ਇੱਕ ਗੱਲ ਕਹਿਤੀ ਹੈ ਕਿ ਜਿਹੜਾ ਵੀ ਅਧਿਕਾਰੀ ਇਹਦੇ ਵਿੱਚ ਜ਼ਿੰਮੇਵਾਰ ਹੋਇਆ ਬਕਾਇਦਾ ਤੌਰ 'ਤੇ ਉਹਦੇ ਖਿਲਾਫ਼ ਬਣਦੀ ਕਾਰਵਾਈ ਅਵਸ਼ ਕੀਤੀ ਜਾਵੇਗੀ ਜੀ। ਸੋ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਢਿੱਲ ਸਾਹਿਬ, ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਹਦੇ ਚੱਲਦੇ ਉਹਨਾਂ ਨੇ ਭਾਜਪਾ ਦੇ ਉੱਤੇ ਕਈ ਸਵਾਲ ਖੜ੍ਹੇ ਕੀਤੇ ਨੇ ਜੀ। ਦੇਖੋ, ਜਿਹੜਾ ਬਿਆਨ ਉਹਨਾਂ ਨੇ ਕੀਤਾ, ਅਤੇ ਇੱਕ ਜਿਹੜਾ ਉਹ ਮਰਵਾਹਾ ਕੱਲ੍ਹ ਬਿਆਨ ਦੇ ਕੇ ਗਿਆ ਕਿ ਤੇਰਾ ਦਾਦੀ ਵਾਲਾ ਹਸ਼ਰ ਹੋਵੇਗਾ, ਤਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਉਹਦੇ ਵਿੱਚ ਬੋਲੇ ਹੈ ਕਿ
ਕਿ ਜਿਹੜੀ ਗੱਲ ਰਾਹੁਲ ਗਾਂਧੀ ਨੇ ਕੀਤੀ ਹੈ ਅੱਜ ਜੁੜਿਆ ਕੁਛ ਆਪਾਂ ਪਹਿਲਾਂ ਕਹਿ ਕੇ ਹਟੇ ਆ ਦੁਹਰਾਈਏ ਨਾ ਕਿ ਕਦੇ ਕਿਸਾਨਾਂ ਨੂੰ ਧਾਰਮਿਕ ਚਿੰਨ੍ਹ ਪਾ ਕੇ ਚੜ੍ਹਨ ਨਹੀਂ ਦਿੱਤਾ ਜਾਂਦਾ, ਕਦੇ ਇਹਨਾਂ ਨੂੰ ਹੋਰ ਕੋਈ ਕਿਹਾ ਜਾਂਦਾ। ਸੋ ਉਹ ਕਹਿੰਦੇ ਕਿ ਰਾਹੁਲ ਗਾਂਧੀ ਨਾਲ ਪੂਰੀ ਤਰ੍ਹਾਂ ਸਟੈਂਡ ਕਰਦੇ ਹਾਂ ਅਸੀਂ ਦੋਨੋਂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਦੋਨਾਂ ਨੇ ਇੱਕ ਸੁਰ ਦੇ ਵਿੱਚ ਕਿਹਾ ਕਿ ਸਾਰੀ ਕਾਂਗਰਸ ਰਾਹੁਲ ਗਾਂਧੀ ਦੇ ਨਾਲ ਖੜੀ ਹੈ ਅਤੇ ਜਿਹੜੇ ਇਹ ਵੰਡ ਪਾਊ ਲੋਕ ਨੇ ਇਹਨਾਂ ਤੋਂ ਸੁਚੇਤ ਰਹਿਣ ਦੀ ਲੋਕਾਂ ਨੂੰ, ਪੰਜਾਬ ਦੀ ਜਨਤਾ ਨੂੰ ਲੋੜ ਹੈ। ਇਹ ਅੱਜ ਤੱਕ ਵੀ ਧਰਮਾਂ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ ਵੰਡੀਆਂ ਪਾ ਕੇ ਲੋਕਾਂ ਨੂੰ ਵੰਡ ਰਹੇ ਨੇ ਜੀ। ਸੋ ਟੋਟਲ ਸਾਹਿਬ, ਦੂਜੇ ਪਾਸੇ ਗੱਲ ਕਰਦਾ ਰਾਜਪਾਲ ਸਾਹਿਬ ਸ਼੍ਰੀ ਗੋਬਿੰਦਵਾਲ ਸਾਹਿਬ ਗੁਰਦੁਆਰੇ ਦੇ ਵਿੱਚ ਨਤਮਸਤਕ ਹੋਏ ਨੇ ਜੀ। ਉਹਨਾਂ ਨੂੰ ਪਹਿਲੇ ਕਿਹਾ ਗਿਆ ਸੀ 400 ਸਾਲਾ ਸ਼ਤਾਬਦੀ ਆ ਰਹੀ ਹੈ ਅਤੇ ਵੌਲੀ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਸੁਲਤਾਨਪੁਰ ਲੋਧੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਵੀ ਚੌਖਾ ਸਮਾ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਦਾ, ਰਾਜਪਾਲ ਸਾਹਿਬ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਅਤੇ ਉੱਥੇ ਗਏ ਨੇ, ਸ਼ਬਦ ਕੀਰਤਨ ਸੁਣਿਆ ਕਿਉਂਕਿ ਉੱਥੇ 450 ਸਾਲਾ ਸ਼ਤਾਬਦੀ ਇਸ ਸਥਾਨ ਦੇ ਉੱਤੇ ਮਨਾਈ ਜਾ ਰਹੀ ਹੈ, ਮੇਰਾ ਖਿਆਲ ਹੈ 17 ਤੱਕ ਹੈ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੂੰ ਸੱਦਾ ਦੇ ਕੇ ਆਈ ਸੀ। ਸੋ ਰਾਜਪਾਲ ਸਾਹਿਬ ਪੂਰੇ ਪਰਿਵਾਰ ਸਮੇਤ ਅੱਜ ਉੱਥੇ ਗਏ ਔਰ ਨਤਮਸਤਕ ਹੋ ਕੇ ਆਏ ਨੇ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ ਪੂਰੇ ਪੰਜਾਬ ਦੇ ਵਿੱਚ ਕੱਲ੍ਹ ਲੋਕ ਕੌਮੀ ਅਦਾਲਤ ਲੱਗੇਗੀ ਡਾਕਟਰ ਸਾਹਿਬ। ਦੇਖੋ ਜਿਹੜੀ ਕੌਮੀ ਲੋਕ ਅਦਾਲਤ ਹੈ 3 ਮਹੀਨਿਆਂ ਦੇ ਪਿੱਛੋਂ ਲੱਗਦੀ ਹੈ, ਇਹ ਇੱਕ ਵਧੀਆ ਸਿਸਟਮ ਤਿਆਰ ਹੋਇਆ, ਇਹ ਉਹ ਸਿਸਟਮ ਹੈ ਜਿਹੜਾ ਆਮ ਲੋਕਾਂ ਨੂੰ ਬਹੁਤ ਇਨਸਾਫ ਦਿੰਦਾ ਕਿਉਂਕਿ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਜਿਹੜੇ ਕੇਸ ਇੱਥੇ ਨਿਬੜ ਜਾਂਦੇ ਹੈ ਉਹ ਫਿਰ ਕਿਤੇ ਹੋਰ ਸੁਣਵਾਈ ਯੋਗ ਨਹੀਂ ਹੁੰਦੇ, ਇਹ ਇੱਥੋਂ ਤੱਕ ਹੀ ਰਹਿ ਜਾਂਦੇ ਨੇ। ਸੋ ਕੌਮੀ ਲੋਕ ਅਦਾਲਤ ਕੱਲ੍ਹ ਸਾਰੇ ਭਾਰਤ ਵਿੱਚ ਲੱਗ ਰਹੀ ਹੈ ਅਤੇ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਇਹ ਅਦਾਲਤ ਲੱਗੇਗੀ, ਹਜ਼ਾਰਾਂ ਕੇਸ ਇਹਦੇ ਅੱਗੇ ਰੱਖੇ ਜਾਣਗੇ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਨਿਬੇੜਾ ਹੋ ਜਾਂਦੇ ਨੇ ਅਤੇ ਉਹ ਫਿਰ ਅਦਾਲਤਾਂ 'ਚੋਂ ਵੀ ਬਾਹਰ ਆ ਜਾਂਦੇ ਹੈ। ਮੇਰਾ ਖਿਆਲ ਭਾਰਤ ਦੇ ਵਿੱਚ ਜਿਹੜਾ ਇਹ ਕੰਮ ਸ਼ੁਰੂ ਕੀਤਾ ਗਿਆ ਲੋਕ ਅਦਾਲਤ ਦਾ, ਇਹ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੈ ਜੀ। ਸੋ ਰਾਜਾ ਵੜਿੰਗ ਵੱਲੋਂ ਵੀ ਢੋਲ ਸਾਹਿਬ ਮੁੜ ਤੋਂ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਜੀ, ਉਹਨਾਂ ਕਿਹਾ ਕਿ ਭਾਜਪਾ ਧਰਮ ਦੇ ਨਾਂ 'ਤੇ ਵੰਡੀਆਂ ਪਾਉਂਦੀ ਹੈ ਜੀ। ਉਹ ਜਿਹੜਾ ਕੱਲ੍ਹ ਵਾਲਾ ਬਿਆਨ ਹੈ ਮਰਵਾਹੇ ਵਾਲਾ, ਉਹਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬੋਲੇ ਅਤੇ ਭਾਜਪਾ ਦੀਆਂ ਨੀਤੀਆਂ 'ਤੇ ਬੋਲੇ ਵੀ ਭਾਜਪਾ ਨੇ ਪੂਰੇ ਭਾਰਤ ਦੇ ਵਿੱਚ ਲੜਾਉਣ ਦਾ ਠੇਕਾ ਲਿਆ ਹੋਇਆ ਕਥਿਤ ਰੂਪ ਦੇ ਵਿੱਚ। ਕਿਸੇ ਥਾਂ 'ਤੇ ਇਹ ਭਾਸ਼ਾਵਾਂ 'ਤੇ ਲੜਾਈ ਜਾਂਦੀ ਹੈ, ਉਹਨਾਂ ਨੇ ਮਣੀਪੁਰ ਦੀ ਉਦਾਹਰਣ ਦਿੱਤੀ, ਕਿਤੇ ਇਹ ਖਿੱਤਿਆਂ 'ਤੇ ਲੜਾ ਰਹੀ ਹੈ, ਕਿਤੇ ਧਰਮਾਂ ਨਾਲ ਲੜਾ ਰਹੀ ਹੈ, ਕਿਤੇ ਕੁਛ ਕਰ ਰਹੀ ਹੈ। ਅਤੇ ਉਹ ਜਿਹੜਾ ਮਰਵਾਹੇ ਵਾਲਾ ਬਿਆਨ ਹੈ ਉਹਦੇ ਵਿੱਚ ਫਿਰ ਤਿੱਖੀ ਭਾਸ਼ਾ ਦੇ ਵਿੱਚ ਰਾਜਾ ਵੜਿੰਗ ਨੇ ਜਵਾਬ ਦਿੱਤਾ, ਉਹ ਕਹਿੰਦਾ ਜਿਹੜੇ ਇਹ ਕਹਿੰਦੇ ਆ ਨਾ ਦਾਦੀ ਵਾਲਾ ਹਸ਼ਰ ਕਰ ਦਿਆਂਗੇ, ਅਤੇ ਕੀ ਕਹਿੰਦਾ ਕਾਂਗਰਸੀ ਆਗੂਆਂ ਨੇ ਜਾਂ ਵਰਕਰਾਂ ਨੇ ਚੂੜੀਆਂ ਪਾਈਆਂ ਵੀ ਹੈ, ਇਹ ਲੋੜ ਤੋਂ ਹੱਦ ਤੋਂ ਵੱਧ ਜਾ ਕੇ ਬੋਲਦੇ ਆ। ਸਵਾਲ ਇਹ ਵੀ ਕੀਤਾ ਗਿਆ ਕਿ ਕੱਲ੍ਹ ਦਾ ਇਹ ਬੰਦਾ ਬੋਲਿਆ ਇਹਨੇ ਸੰਵਿਧਾਨ ਦੇ ਉਲਟ ਜਾ ਕੇ ਗੱਲ ਕੀਤੀ ਹੈ, ਅੱਜ ਤੱਕ ਕਾਂਗਰਸ ਦਾ ਪ੍ਰਧਾਨ ਨੱਡਾ, ਜੈ ਪ੍ਰਕਾਸ਼ ਨੱਡਾ, ਜਗਤ ਪ੍ਰਕਾਸ਼, ਗ੍ਰਹਿ ਮੰਤਰੀ ਅਮਿਤ ਸ਼ਾਹ, ਇਹ ਸਾਰੇ ਚੁੱਪ ਕਿਉਂ ਬੈਠੇ ਹੈ?
ਉਹਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ। ਹੁਣ ਤੱਕ ਤਾਂ ਇਹਦੇ 'ਤੇ ਕੇਸ ਦਰਜ ਹੋ ਜਾਣਾ ਚਾਹੀਦਾ ਸੀ। ਇੱਕ ਗੱਲ ਦੱਸ ਦਈਏ, ਇਹ ਪੁਰਾਣਾ ਕਾਂਗਰਸ ਹੀ ਹੈ, ਕਾਂਗਰਸ ਦੇ ਵਿੱਚ ਵੀ ਰਿਹਾ। ਅੱਜ ਕੱਲ੍ਹ ਇਹ ਥੋੜ੍ਹਾ ਜਿਹਾ ਭਾਜਪਾ ਹੀ ਜ਼ਿਆਦਾ ਬਣਿਆ ਵਾ, ਪਿਉਂ ਦੇ ਨੂੰ ਭਾਜਪਾ ਦੀ ਚੜ੍ਹੀ ਹੋਈ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੇ ਢਿੱਲ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ, ਸ਼ੁਕਰੀਆ ਜੀ। ਪ੍ਰੋਗਰਾਮ ਲੈ ਕੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।